ਦਿਓ ਤੁਸੀਂ ਕਿਆ ਜੇਲ ਚੋ ਕੱਢਿਆ ਹੋਏ ਰੋਪੜ ਵਿੱਚ 40 ਸਾਲਾ ਹਵਾਲਾਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਪ੍ਰੀਤ ਸਿੰਘ ਵਜੋਂ ਹੋਈ ਜੋ ਕਿ NDPS ਮਾਮਲੇ ਦੇ ਚਲਦਿਆਂ ਪਿਛਲੇ 1 ਸਾਲ ਤੋਂ ਜੇਲ੍ਹ ਵਿੱਚ ਬੰਦ ਸੀ। ਚਰਨਪ੍ਰੀਤ ਸਿੰਘ ਕਬੱਡੀ ਦਾ ਖਿਡਾਰੀ ਸੀ। ਪਰਿਵਾਰ ਵੱਲੋਂ ਮ੍ਰਿਤਕ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਨੇ, ਪਰ ਉੱਥੇ ਹੀ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚਰਨਪ੍ਰੀਤ ਸਿੰਘ ਨੂੰ ਹਾਰਟ ਅਟੈਕ ਆਇਆ ਹੈ ਜਿਸ ਕਰਕੇ ਉਸਦੀ ਮੌਤ ਹੋ ਗਈ। ਬੋਡੀ ਪੋਸਟਮਾਰਟਮ ਲਈ ਗਈ ਹੋਈ ਹੈ। ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਹੁਣੇ ਸਵੇਰੇ ਪ੍ਰੋਡਕਟ ਰੁਕਾ ਸਿਵਲ ਹਸਪਤਾਲ ਰੂਪਨਗਰ ਤੋਂ ਮਸੂਲ ਹੋਇਆ ਸੀ ਕਿ ਮੁੰਡਾ ਜਿਹੜਾ ਚਰਨਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਘੁੱਬਾ ਹੈੜੀ ਜਿਹੜਾ ਜੇਲ੍ਹ ਦੇ ਵਿੱਚ NDPS ਸੈਕਟਰ ਦੇ ਵਿੱਚ ਹਵਾਲਾ ਬਤੌਰ ਹਵਾਲਾਤੀ ਸੀ। ਹਵਾਲਾਤ ਤੋਂ ਬਾਅਦ ਉਹ ਇੱਥੇ ਰਾਤ ਇਹਨਾਂ ਨੂੰ ਹੋਇਆ ਹੋਊਗਾ ਕਿ ਇਹਦਾ ਡਾਕਟਰ ਨੂੰ ਦੱਸਣ ਲਗਾਇਆ ਗਿਆ ਵੀ ਅਟੈਕ ਹੋ ਗਿਆ ਇਹਨੂੰ। ਅਟੈਕ ਦੇ ਵਿੱਚ ਉਹ ਇੱਥੇ ਹੋਸਪਿਟਲ ਲੈ ਕੇ ਆਏ, ਹੋਸਪਿਟਲ ਲੈਂਦੇ ਰਹਿੰਦੇ ਉਹਦੇ ਆਹੀ ਗੱਲ ਆਈ ਹੈ ਜੀ। ਉਹਦੀ ਜਿਹੜੀ ਕਾਰਵਾਈ ਮੈਜਿਸਟਰੇਟ ਸਾਹਿਬ ਕਰ ਰਹੇ ਨੇ, ਮੈਜਿਸਟਰੇਟ ਸਾਹਿਬ ਜੋ ਹੁਕਮ ਦੇਣਗੇ ਉਹਦੇ ਆਧਾਰ 'ਤੇ ਕਾਰਵਾਈ ਜਿਹੜੀ ਚੱਲ ਰਹੀ ਹੈ। ਮੈਜਿਸਟਰ ਸ਼੍ਰੀ ਜਸਪ੍ਰੀਤ ਸਿੰਘ ਜੀ ਆਏ ਸੀ, ਕੀ ਮੈਜਿਸਟਰ ਸਾਹਿਬ ਦੇਖ ਰਹੇ ਇਨਕੁਆਇਰੀ ਕਰ ਰਹੇ, ਜੋ ਮੈਜਿਸਟਰ ਸਾਹਿਬ ਜੋ ਵਾਜਬ ਹੋਊਗਾ। ਉੱਥੇ ਇੱਕ ਮੁਲਾਜ਼ਮ ਜੋ ਕਿ ਇੱਕ ਦਿਨ ਪਹਿਲਾਂ ਹੀ ਬਾਹਰ ਆਇਆ, ਉਸਦਾ ਕਹਿਣਾ ਹੈ ਕਿ ਅੰਦਰੋਂ ਫੋਨ ਫੜੇ ਜਾਣ ਕਰਕੇ ਮੁਜਰਿਮਾਂ ਨੂੰ ਪਸ਼ੂਆਂ ਵਾਂਗ ਕੁੱਟਿਆ ਜਾ ਰਿਹਾ ਸੀ। ਉੱਥੇ ਹੀ ਚਰਨਪ੍ਰੀਤ ਸਿੰਘ ਨੂੰ ਵੀ ਬੁਲਾਇਆ ਗਿਆ ਤੇ ਨਜਾਇਜ਼ ਕੁੱਟਿਆ ਗਿਆ ਤੇ ਜਿਸ ਕਰਕੇ ਉਸਦੀ ਮੌਤ ਹੋ ਗਈ। NDPS ਜੀ ਪਿਛਲੇ 2023 ਚ 13 ਮਈ ਨੂੰ ਜੇਲ੍ਹ ਚ ਗਏ ਤੇ ਜੀ ਅਸੀਂ 14 ਮਹੀਨੇ ਬਾਅਦ ਮੈਂ ਬਾਹਰ ਆਇਆ ਤਾ ਹੁਣ, ਤੇ ਕੱਲ ਜਦੋਂ ਮੈਂ ਬਾਹਰ ਆਇਆ ਡੂਡੀ ਚ 3 ਬੰਦਿਆਂ ਨੂੰ ਫੋਨ ਫੜਿਆ ਗਿਆ ਤਾ ਉਹਨਾਂ ਤੋਂ, ਪਸ਼ੂਆਂ ਦੀ ਤਰ੍ਹਾਂ ਕੁੱਟਿਆ ਜਾ ਰਿਹਾ ਤਾ ਜੀ ਮੁਲਾਜ਼ਮ ਵੱਲੋਂ। ਮੈਂ ਆਪ ਆਪਣੀਆਂ ਅੱਖਾਂ ਨਾਲ ਦੇਖਿਆ ਜੀ। ਉਹ ਤੋਂ ਬਾਅਦ ਉਹਨਾਂ ਨੇ ਜਿਹੜੇ ਬੰਦਿਆਂ ਨੂੰ ਕੁੱਟਿਆ ਤੇ ਇਹਨਾਂ ਨੇ ਗਾਹਾਂ ਚਰਨਪ੍ਰੀਤ ਦਾ ਨਾਮ ਲਿੱਤਾ, ਤੇ ਮੈਨੂੰ ਇੱਧਰੋਂ ਇਹਨਾਂ ਨੇ ਬਾਹਰ ਕੱਢਤਾ, ਪਿੱਛੋਂ ਚਰਨਪ੍ਰੀਤ ਨੂੰ ਬੁਲਾਇਆ, ਡੂਡੀ 'ਚ ਕੁੱਟਮਾਰ ਕਰੀ ਗਈ, ਅੰਦਰੋਂ ਵੀ ਮੈਨੂੰ ਬਹੁਤ ਫੋਨ ਆਏ ਮੁੰਡੇ ਜੇਲ੍ਹ 'ਚੋਂ ਕਰ ਰਹੇ ਹੈ, ਕਹਿੰਦੇ ਨਜਾਇਜ਼ ਕੁੱਟਮਾਰ ਕਰੀ, ਇਹਨਾਂ ਨੇ ਨਜਾਇਜ਼ ਬੰਦਾ ਫਸਾਇਆ ਤੇ ਕੁੱਟਮਾਰ ਨਾਲ ਮੌਤ ਹੋਈ ਹੈ ਜੀ। ਜਿਹੜੀ ਸਾਰੀ ਗੱਲ ਹੈ ਜੀ, ਅੰਦਰ ਹੀ ਕੁੱਟਦੇ ਬਹੁਤ ਹੈ ਜੀ ਮੁਲਾਜ਼ਮ, ਪਸ਼ੂਆਂ ਨੂੰ ਕੁੱਟਦੇ ਜੀ, ਕੋਈ ਵੀ ਗਲਤੀ ਹੋਵੇ, ਗਲਤੀ ਨਾ ਵੀ ਹੋਵੇ, ਕਈ ਨੋਏ ਲਿਆ ਜੀ ਅੱਗੇ ਫੜਿਆ ਤਾਂ ਨਹੀਂ, ਉਹ ਤੋਂ ਇਨਕੁਆਇਰੀ ਵੀ ਕਰਨੀ ਚਾਹੀਦੀ ਬੰਦੇ ਦਾ ਹੈ ਜਾਂ ਨਹੀਂ ਹੈ, ਦੁਸ਼ਮਣ ਕੋਈ ਵੀ ਨੋ ਲੈਦੇ ਵੀ ਅੱਗੇ, ਚੱਲ ਜੇ ਫੜਿਆ ਵੀ ਹੋਵੇ ਫਿਰ ਮੌਤ ਬੰਦਾ ਮਾਰ ਥੋੜ੍ਹੀ ਦਊਗਾ, ਜੇ ਫੋਨ ਫੜਿਆ ਕੋਈ ਅਸਲਾ ਥੋੜ੍ਹੀ ਤਾਂ ਜੀ, ਆਪੇ ਫੜਦੇ ਉਹੀ ਸਮਾਨ ਉਹੀ ਬੰਦਾ ਫੜੂਗਾ ਜਿਹੜਾ ਅੰਦਰ ਲੈ ਕੇ ਉਹੀ ਕੁੱਟੂਗਾ, ਇਹ ਵੀ ਦੇਖਿਆ ਜੀ ਬੰਦਾ 14 ਮਹੀਨੇ 'ਚ ਹਾਲਾਤ, ਪ੍ਰਸ਼ਾਸਨ ਲੈ ਕੇ ਜਾਂਦਾ ਜੀ ਅੰਦਰ ਸਮਾਨ, ਫੋਨ ਅੰਦਰ ਛੋਟਾ 15,000 20 ਹਜ਼ਾਰ ਦਾ ਮਿਲਦਾ ਜੀ, ਅਤੇ ਜਰਦੇ ਦੀ ਪੁੜੀ 20,000 ਰੁਪਏ ਦੀ ਮਿਲਦੀ ਜੀ ਅੰਦਰ, ਮੁਲਾਜ਼ਮ ਵੇਚਦੇ ਆ ਜੀ ਆਪਣੇ ਬੰਦੇ ਗੁਰੂ ਦੇ ਰੱਖੇ ਅੱਗੇ ਕੈਦੀ, ਪ੍ਰਸ਼ਾਸਨ ਕਰਦਾ ਜੀ ਸਾਰਾ ਕੰਮ, ਮੁਲਾਜ਼ਮ ਕੋਈ ਸ਼ਰਿਆਮ ਤਾਂ ਨਹੀਂ ਹੈਗਾ ਵੀ, ਪਰ ਲੈ ਕੇ ਪ੍ਰਸ਼ਾਸਨ ਹੀ ਜਾਂਦਾ ਤਾਂ ਹੀ ਅੰਦਰ ਆਉਂਦਾ, ਇੱਦਾਂ ਕਿੱਦਾਂ ਆਜੂਗਾ ਜੀ, ਕੋਈ ਬੰਦਾ ਲੈ ਕੇ ਜਾਂਦਾ ਉਹਨੂੰ ਤਾਂ ਪਸ਼ੂਆਂ ਦੀ ਤਰ੍ਹਾਂ ਕੁੱਟਿਆ ਜਾਂਦਾ, ਅੰਦਰ ਜਰਦਾ ਜੁੜਦਾ ਗੋਲੀਆਂ ਗੋਲੀਆਂ ਸਭ ਕੁਛ ਮਿਲਦਾ ਜੀ, ਹੁਣ ਬਾਹਰੋਂ ਨਹੀਂ, ਹੁਣ ਬਾਹਰੋਂ ਬੰਦ ਹੋ ਗਿਆ ਕੰਮ, ਬਾਹਰ ਗਾਰਡ ਲੱਗੀ ਹੋਈ ਆ, ਹੁਣ ਮੁਲਾਜ਼ਮ ਲੈ ਕੇ ਮੁਲਾਜ਼ਮਾਂ ਦੀ ਰਸਤਾ ਦੇਖੋ, ਹੋਰ ਕੋਈ ਨਹੀਂ ਲੈ ਕੇ ਜਾ ਸਕਦਾ ਅੰਦਰ, ਬਹੁਤ ਜ਼ਿਆਦਾ ਚੈਕਿੰਗ ਹੁੰਦੀ ਜੀ, ਹਾਂ ਜਿੱਥੋਂ ਫੜਿਆ ਜਾਵੇ ਕੁੱਟਦੇ ਜੀ ਡੂਡੀ 'ਚ ਪਸ਼ੂਆਂ ਦੀ ਤਰ੍ਹਾਂ ਢਾ ਕੇ ਪੂਰਾ, ਬਹੁਤ ਜ਼ਿਆਦਾ ਕੁੱਟਦੇ ਜੀ, ਤੁਸੀਂ ਦੇਖ ਨਹੀਂ ਸਕਦੇ, ਕਰਿਆ ਜੀ ਫਿਰ ਚਲਾਨ ਪਾ ਦਿੰਦੇ ਆ ਜੀ, ਕਦੇ ਪਠਾਨਕੋਟ ਦੀ ਜੇਲ੍ਹ ਦਾ, ਅੰਮ੍ਰਿਤਸਰ ਦਾ, ਬਠਿੰਡੇ ਦਾ, ਜਿੱਥੇ ਮੁਲਾਕਾਤ ਵੀ ਨਾ ਜਾਵੇ, ਜੇ ਕੋਈ ਆਪਾਂ ਚੰਗੀ ਗੱਲ ਦਾ ਹੀ ਵਿਰੋਧ ਕਰੀਏ ਜੀ, ਚਲਾਨ ਪਾ ਦਿੰਦੇ ਆ ਜੀ ਵੀ ਘਰਦਿਆਂ ਦੀ ਮੁਲਾਕਾਤ ਵੀ ਨਾ ਜਾਵੇ, ਕੁੱਟਮਾਰ ਕਰਦੇ, ਚੱਕੀਆਂ 'ਚ ਬੰਦ ਕਰ ਦਿੰਦੇ, 2-2 ਮਹੀਨੇ ਕੱਢਦੇ ਨਹੀਂ ਫਿਰ ਜੇ ਕੋਈ ਬੰਦਾ ਵਿਰੋਧ ਕਰੇ, 2-2 ਮਹੀਨੇ ਥੋੜ੍ਹੀ ਜਿਹੀ ਜਗ੍ਹਾ 'ਚ ਰਹਿਣਾ ਪੈਂਦਾ, ਅੰਦਰੇ ਬੰਦ ਕਰ ਦਿੰਦੇ। ਮੇਰੇ ਨਾਲੇ ਤਾਂ ਜੀ NDPS ਜੀ 14 ਮਹੀਨੇ ਹੋ ਗਏ, ਅਤੇ ਮੈਂ ਰਾਤ ਹੀ ਆਇਆ ਜੀ ਉੱਥੇ, ਫੜਿਆ ਤਾਂ ਮੁੰਡਿਆਂ ਕੋਲੋਂ ਗਏ ਜਿਹੜੇ 3 ਤੇ, ਉਹਨਾਂ ਕੋਲੋਂ ਫੋਨ ਫੜਿਆ ਗਿਆ, ਉਹਨਾਂ ਨੇ ਚਰਨਪ੍ਰੀਤ ਦਾ ਨਾਂ ਲਿਆ ਜੀ ਅੱਗੇ, ਸਾਡੇ ਸਮਾਨ ਪਾਇਆ ਤਾ ਜੀ ਇਹਨਾਂ ਨੇ, ਫੜਿਆ ਕੁਛ ਨਹੀਂ ਗਿਆ, ਕੋਈ ਰੰਜੀ 'ਚ ਸਾਡੀ ਪੁਲਿਸ ਵਾਲਿਆਂ ਨਾਲ ਪੁਰਾਣੀ ਡਿਸਪਿਊਟ ਚੱਲਦਾ ਜੀ, ਅਸੀਂ ਵੀ ਕੰਪਲੇਂਟ ਕਰੀ ਹੋਈ ਹੈ ਜੀ, ਫੜਿਆ ਕੁਛ ਵੀ ਨਹੀਂ ਗਿਆ, ਹੈਰੋਇਨ ਪਾਈ ਹੈ ਸਾਡੇ 'ਤੇ, 260 ਗ੍ਰਾਮ ਹੈਵੀ ਕਰਕੇ ਪਾਤੀ ਵੀ ਬਾਹਰ ਨਾ ਆਉਣ ਬੰਦੇ, ਫਿਰ ਪੁਲਿਸ ਦੇ ਵੀ ਕੰਪਲੇਂਟਾਂ ਵਾਲੀਆਂ, ਚੰਨੀ ਦਾ ਵੀ ਪੁਲਿਸ ਨਾਲ ਡਿਸਪਿਊਟ ਚੱਲਦਾ, ਮੇਰਾ ਵੀ, ਮੇਰੀ ਵਾਈਫ ਨੇ ਪਰਚਾ ਪਾਇਆ SSP 'ਤੇ ਪੇਸ਼ ਹੋਇਆ, ਅਤੇ SHO ਦੇ ਨਾਲ ਤਾਂ ਹੁਣ ਕਾਹਨੂੰ ਲੈਣਾ ਜੀ, ਪਹਿਲਾਂ ਹੈਗੇ ਜੀ ਲੜਾਈ ਝਗੜੇ ਦੇ ਪਰਚੇ ਹੈਗੇ ਚੰਨੀ 'ਤੇ ਵੀ ਹੈਗੇ ਜੀ, ਰਵੱਈਆ ਤਾਂ ਹੁਣ ਠੀਕ ਠਾਕ ਹੀ ਹੈ ਜੀ ਵੈਸੇ ਤਾਂ, ਪਰ ਕੰਮ ਅਤਨੋ ਕਦੀ ਸਾਰੇ ਇਹੀ ਕਰਦੇ ਆ ਜੀ, ਬੰਦੀ ਕਰ ਦਿੰਦੇ ਜੀ ਸਾਨੂੰ, ਜੱਜ ਸਾਹਿਬ ਡੂਡੀਆਂ 'ਚ ਮੁੜ ਜਾਂਦੇ ਅੱਧੇ ਤਾਂ ਜੋੜੀ 'ਚੋਂ, ਜ਼ਿਆਦਾਤਰ ਜੱਜ ਸਾਹਿਬ ਜਿਹੜਾ ਅੱਗੇ ਆਉਂਦਾ
ਸਾਨੂੰ ਬੰਦੀ ਅੰਦਰ ਕਰ ਦਿੰਦੇ ਜਦੋਂ ਜੱਜ ਨਹੀਂ ਆਉਣਾ ਹੁੰਦਾ, ਨਾ ਸਾਨੂੰ ਕੰਟੀਨ ਖੋਲਦੇ ਆ, ਕੱਪੜੇ ਤੱਕ ਨੂੰ ਸਾਨੂੰ ਸੁਕਾਉਣ ਦਿੰਦੇ ਜਦ ਜੱਜ ਨਹੀਂ ਆਉਣਾ ਹੁੰਦਾ। ਸਾਨੂੰ ਤਾਂ ਦੁੱਖ ਹੋ ਜਾਂਦਾ ਜਿੱਦਣ ਜੱਜ ਨਹੀਂ ਆਉਣਾ ਹੁੰਦਾ, ਸੁੱਖ ਨਹੀਂ ਕੋਈ ਮਿਲਦਾ। ਜੈਸੇ ਜੱਜ ਸਾਹਿਬ ਨੂੰ ਆਉਣੇ ਕੋਈ ਸਵਾਲ ਕਰੇ ਬੰਦੇ ਨੂੰ, ਕੋਈ ਰਾਹ ਨਿਕਲੇ ਪਰ ਸਾਨੂੰ ਦੁੱਖ ਹੁੰਦਾ ਜੀ ਅੰਦਰ ਇਹਦੇ। ਸਾਨੂੰ ਬੰਦ ਕਰ ਦਿੱਤਾ ਜਾਂਦਾ ਜੀ, ਨਾ ਕੰਟੀਨ ਖੋਲਦੇ ਜੀ ਉਸ ਦਿਨ, ਤੇ ਨਾ ਸਾਨੂੰ ਬਾਹਰ ਘੁੰਮਣ ਫਿਰਨ ਦਿੱਤਾ ਜਾਂਦਾ, ਨਾ ਕੋਈ ਗੁਰਦੁਆਰਾ ਮੰਦਰ, ਨਾ ਕੱਪੜੇ ਵੀ ਨਹੀਂ ਸੁਕਾਉਣ ਦਿੱਤੇ ਜਾਂਦੇ ਬਾਹਰ। ਮਨੁੱਖੀ ਅਧਿਕਾਰ ਵਾਲੇ ਹੁਣ 7-8-9 ਤਿੰਨ ਦਿਨ ਆਏ ਤੇ ਜੀ, ਸਾਨੂੰ ਬੰਦੀ ਓ ਰੱਖੀ ਜੀ 3 ਦਿਨ। ਹੁਣ ਆਏ ਤੇ ਜੀ ਹਿਊਮਨ ਰਾਈਟਸ ਵਾਲੇ ਸਾਰੀ ਜੇਲ੍ਹ ਨੂੰ ਜੀ, ਰੋਪੜ ਸਿਟੀ ਦਾ ਹੀ ਤੇ ਹੁਣ ਤੋਂ। ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਜੇਲ੍ਹ ਅੰਦਰੋਂ ਫੋਨ ਆਏ ਨੇ ਕਿ ਇਹਨਾਂ ਵੱਲੋਂ ਤੁਹਾਡੇ ਬੰਦੇ ਨੂੰ ਨਜਾਇਜ਼ ਕੁੱਟਿਆ ਗਿਆ ਜਿਸ ਕਰਕੇ ਉਸਦੀ ਮੌਤ ਹੋ ਗਈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ। ਇਹਨਾਂ ਦੀ ਭਤੀਜ ਨੂੰ ਆ, ਇਹ ਚਾਚਾ ਭਤੀਜਾ ਦੋਨੋਂ ਹੀ ਪਿਛਲੇ 1 ਸਾਲ 2 ਮਹੀਨਿਆਂ ਦੇ ਕਿਸੇ ਕੇਸ ਚ ਅੰਦਰ ਸੀਗੇ। ਮੇਰੇ ਘਰ ਵਾਲੇ ਦੀ ਰਾਤੀ ਜਮਾਨ ਤੋਂ ਹੀ ਜਦੋਂ ਇਹ ਬਾਹਰ ਆਇਆ ਨਾ, ਇਹਨੇ ਆਉਂਦਿਆਂ ਹੀ ਦੱਸਿਆ, ਕਹਿੰਦਾ ਅੰਦਰ ਨਾ ਡਿਊਟੀ ਚ ਕੁੱਟ ਰਹੇ ਆ ਕਿਸੇ ਨੂੰ। ਮੈਂ ਕਿਹਾ ਅੱਛਾ ਜੀ। ਕਹਿੰਦੇ ਫੋਨ ਫੜਿਆ ਗਿਆ ਉਹਨਾਂ ਤੋਂ। ਆਪਾਂ ਕਿਹਾ ਚਲੋ ਠੀਕ ਆ, ਤੇ ਅਸੀਂ ਇਹਨਾਂ ਨੂੰ ਲੈ ਕੇ ਆ ਗਏ ਸਵੇਰੇ। ਸਾਨੂੰ ਨਾ ਸਾਡੇ ਥਾਣੇ ਤੋਂ ਫੋਨ ਆਇਆ, ਕਹਿੰਦੇ ਵੀ ਐਂ ਕਰਕੇ ਇਹਦੀ ਡੈਥ ਹੋ ਗਈ ਚੰਨਪ੍ਰੀਤ ਦੀ। ਤੇ ਆਪਾਂ ਚਲੋ ਯਕੀਨ ਨਹੀਂ ਮੰਨਿਆ, ਕਿਉਂਕਿ ਜੇਲ੍ਹ ਵਾਲੇ ਇੱਕ ਉੱਥੇ ਮੁਲਾਜ਼ਮ ਸੀ, ਉਹ ਸਾਡੇ ਨਾਲ ਦੇ ਪਿੰਡ ਦੇ ਹੀ ਆ, ਤੇ ਅਸੀਂ ਯਕੀਨ ਨਹੀਂ ਮੰਨਿਆ। ਫਿਰ ਉਹਨਾਂ ਨੇ ਕੋਈ ਸਰਟੀਫਿਕੇਟ ਸਾਨੂੰ ਭੇਜਿਆ ਹੋਸਪਿਟਲ ਵੱਲੋਂ ਜਿਹੜਾ ਹੁੰਦਾ ਹੈ, ਤੇ ਜਦੋਂ ਅਸੀਂ ਇੱਥੇ ਆਏ ਹੋਏ ਬਸ ਜੱਦੀ ਵੈਰੀਫਿਕੇਸ਼ਨ ਚੱਲ ਰਹੀ। ਪਰ ਸਾਨੂੰ ਜੇਲ੍ਹ ਦੇ ਅੰਦਰੋਂ ਹੁਣ ਮੁੰਡਿਆਂ ਦੇ ਫੋਨ ਆਈ ਜਾ ਰਹੇ ਆ ਕਿ ਅਸੀਂ ਇੱਥੇ ਅੰਦਰ ਰੋਟੀ ਵਗੈਰਾ ਕੁਛ ਨਹੀਂ ਫੜ ਰਹੇ। ਇਹਨਾਂ ਨੇ ਚੰਨਪ੍ਰੀਤ ਨੂੰ ਰਾਤੀ ਲਿਜਾ ਕੇ ਕੁੱਟਿਆ ਬਹੁਤ ਜ਼ਿਆਦਾ, ਪਰ ਹੁਣ ਉਹਦਾ ਸਰੀਰ ਦੇਖਿਆ, ਸਰੀਰ 'ਤੇ ਇੱਕ ਵੀ ਨਿਸ਼ਾਨ ਨਹੀਂ ਹੈ ਕੁੱਟ ਮਾਰ ਦਾ, ਠੀਕ ਹੈ ਨਾ ਜੀ। ਅਤੇ ਪਰ ਹੁਣ ਇਹ ਸਾਨੂੰ ਕਲੈਰੀਫਿਕੇਸ਼ਨ ਕੋਈ ਨਹੀਂ ਦੇ ਰਹੇ ਵੀ ਕਿਵੇਂ ਮਰਿਆ ਜਾਂ ਕਿਵੇਂ ਕੀ ਹੋਇਆ ਸੀ, ਹੋਸਪਿਟਲ ਕਿਵੇਂ ਲੈ ਕੇ ਆਏ ਹਾਂ। ਜੱਜ ਆਏ ਸੀਗੇ, ਜੱਜ ਸਾਹਿਬ ਸਾਡੇ ਬਿਆਨ ਲਿੱਤੇ, ਉਹਨਾਂ ਨੇ ਆਪਣੇ ਵੱਲੋਂ ਉਹਨਾਂ ਨੇ ਸਾਨੂੰ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਵੀ ਹੋਇਆ ਕੀ ਇਹਨਾਂ ਨਾਲ। ਬਸ ਇੰਜ ਦਿਖਾਤਾ ਕਿ ਮਰਿਆ ਪਿਆ ਉਰੇ, ਹੋਰ ਕੁਛ ਨਹੀਂ ਦਿਖਾਇਆ ਇਹਨਾਂ ਨੇ ਸਾਨੂੰ। ਨਾ ਜੀ, ਨਾ ਬਿਮਾਰੀ ਕੋਈ ਨਹੀਂ, ਭਲਵਾਨੀ ਕਰਦੇ ਰਹੇ ਨੇ। ਬਿਮਾਰੀ ਕੋਈ ਨਹੀਂ ਸੀ ਇਹਨਾਂ ਨੂੰ, ਇਹਨਾਂ ਦਾ ਐਡਾ ਸਰੀਰ ਆ, ਹੁਣ ਵੀ ਤੁਸੀਂ ਦੇਖੋਗੇ, ਆਪਾਂ ਤੁਹਾਨੂੰ ਫੋਟੋ ਪਾ ਦਿੰਦੇ ਹਾਂ, ਸਰੀਰ ਐਡਾ ਨਾ ਕਿ ਕੋਈ ਦੇਖ ਕੇ ਕਹਿ ਨਹੀਂ ਸਕਦਾ ਕਿ ਇਹ ਬਿਮਾਰ ਹੋ ਸਕਦੇ। ਬਿਮਾਰੀ ਤਾਂ ਇਹਨਾਂ ਨੂੰ ਕੁਛ ਵੀ ਨਹੀਂ ਸੀਗੀ, ਕੁੱਟਮਾਰ ਦਾ ਸਾਨੂੰ ਸ਼ੱਕ ਨਹੀਂ ਸੀ। ਸਾਨੂੰ ਤਾਂ ਇੰਜ ਸੀ ਆਪ ਹੀ ਕੋਈ ਡੈਥ ਹੋ ਗਈ ਨੈਚੁਰਲ, ਚਲੋ ਹੈ ਨਾ। ਪਰ ਸਾਨੂੰ ਹੁਣ ਜੇਲ੍ਹਾਂ 'ਚੋਂ ਅੰਦਰੋਂ ਫੋਨ ਆਈ ਜਾ ਰਹੇ, ਮੁੰਡਿਆਂ ਦੇ ਐਸਟੇਡੀਆ ਕਾਲਾਂ ਆਈ ਜਾ ਰਹੀ ਆ ਕਿ ਇਹਨਾਂ ਨੇ ਰਾਤੀ ਕੁੱਟਿਆ ਉਹਨੂੰ, ਰਾਤੀ ਕੁੱਟਦਿਆਂ ਲੈ ਕੇ ਗਏ ਆ, ਜਿਹੜੀ ਉਹਦੀ ਬੈਰਕ 'ਚ ਰਹਿੰਦੇ ਸੀ ਨਾ, ਜਿਸ ਬੈਰਕ 'ਚ, ਉਸ ਬੈਰਕ 'ਚੋਂ ਫੋਨ ਆ ਰਹੇ ਮੁੰਡਿਆਂ ਦੇ ਕਿ ਇਹਨਾਂ ਨੇ ਕੁੱਟਿਆ ਸਾਨੂੰ, ਤੁਸੀਂ ਚੰਨਪ੍ਰੀਤ ਨੂੰ ਕੁੱਟਿਆ ਹੈ, ਤੁਸੀਂ ਜੇਲ੍ਹ ਦੇ ਬਾਹਰ ਆ ਜਾਓ, ਉੱਥੇ ਧਰਨਾ ਦਿਓ, ਲਾਸ਼ ਨਾਲ ਲੈ ਕੇ ਜਾਇਓ ਇੰਜ। ਕੁੱਟਣ ਦਾ ਰੀਜ਼ਨ ਆਈ ਵੀ ਜਿਹੜੇ ਮੁੰਡਿਆਂ ਨੂੰ ਇਹ ਕੁੱਟ ਰਹੇ ਸੀ ਨਾ ਸ਼ਾਮੀ ਫੋਨ ਦੇ ਚੱਕਰ 'ਚ, ਵੀ ਫੋਨ ਇਹਨਾਂ ਕੋਲ, ਉਹਨਾਂ ਨੇ ਇਹ ਨਾਮ ਲਿੱਤਾ ਵੀ ਫੋਨ ਚੰਨਪ੍ਰੀਤ ਕੋਲ ਪਿਆ ਸਾਡਾ, ਤਾਂ ਉਹ ਚੰਨਪ੍ਰੀਤ ਤੋਂ ਬਸ ਫੋਨ ਕਢਾਉਣ ਦੇ ਚੱਕਰ 'ਚ ਇਹਨਾਂ ਨੇ ਇੰਨਾ ਕੁੱਟਿਆ ਉਹਨੂੰ ਕਿ ਸਵੇਰੇ ਸਾਨੂੰ ਬਸ ਆਈਓ ਦੱਸਿਆ ਵੀ ਉਹ ਪੂਰਾ ਹੋ ਗਿਆ, ਪੂਰਾ ਹੋ ਗਿਆ ਵੀ ਸਾਡੇ ਥਾਣੇ ਵਾਲਿਆਂ ਨੇ ਦੱਸਿਆ, ਜੇਲ੍ਹ ਵੱਲੋਂ ਸਾਨੂੰ ਕੋਈ ਫੋਨ ਨਹੀਂ ਆਇਆ। ਅਸੀਂ ਤਾਂ ਜਦੋਂ ਇੱਥੇ ਪਹੁੰਚੇ, ਸਾਨੂੰ ਇੱਥੇ ਜਿਹੜੇ ਜੱਜ ਸਾਹਿਬ ਆਏ ਹੋਏ ਸੀਗੇ ਉਹਨਾਂ ਨੇ ਬਸ ਸਾਡੇ ਬਿਆਨ ਲਿੱਤੇ, ਅਦਰਵਾਈਜ਼ ਕਿਸੇ ਦਾ ਕੁਛ ਨਹੀਂ ਕੀਤਾ, ਨਾ ਆਪਣੇ ਵੱਲੋਂ ਕੋਈ ਕਲੈਰੀਫਿਕੇਸ਼ਨ ਦਿੱਤੀ ਆ। ਬਸ ਜੋ ਸਾਡੇ ਤੋਂ ਪੁੱਛਿਆ ਵੀ ਕਿਵੇਂ ਮਰ ਗਿਆ, ਸਾਨੂੰ ਕੀ ਪਤਾ ਕਿਵੇਂ ਮਰ ਗਿਆ, ਮਾਰਿਆ ਤਾਂ ਇਹਨਾਂ ਨੇ ਆ। ਸਾਨੂੰ ਤਾਂ ਬਸ ਅੰਦਰੋਂ ਮੁੰਡਿਆਂ ਦਾ ਫੋਨ ਆਇਆ ਵੀ ਇਹਨਾਂ ਨੇ ਮਾਰਿਆ, ਰਾਤੀ ਕੁੱਟਿਆ ਬਹੁਤ ਆ। ਚਾਹੁੰਦੇ ਜੀ ਇਨਸਾਫ਼, ਤੁਸੀਂ ਅੰਦਰ ਵੀ ਇੱਕ ਵਾਰੀ ਜਾਓ, ਉਹਨਾਂ ਤੋਂ ਕਲੈਰੀਫਿਕੇਸ਼ਨ ਮੰਗੋ ਨਾ, ਜਿਹੜੇ ਅੰਦਰ ਬੈਰਕ 'ਚ ਕੈਦੀ ਜੋ ਵੀ ਇਹਨਾਂ ਦੇ ਹੈਗੇ ਆ, ਉਹ ਕਹਿ ਰਹੇ ਅਸੀਂ ਗਵਾਹੀਆਂ ਦੇਵਾਂਗੇ ਸਾਰੇ। ਪਰ ਹੁਣ ਆਏ ਆ ਕਿ ਕੋਈ ਇੱਕ ਪਰਟੀਕੁਲਰ ਇੱਕ ਬੰਦੇ ਦਾ ਨਾਮ ਨਹੀਂ ਨਾ ਲੈ ਸਕਦੇ, ਕਿਉਂਕਿ ਇਹਨਾਂ ਨੇ ਉਹਨੂੰ ਵੀ ਕੁੱਟਣਾ ਅੰਦਰ ਜਾ ਕੇ। ਜੇਲ੍ਹ ਇੱਕ ਇਹੋ ਜਿਹੀ ਚੀਜ਼ ਆ ਜਿੱਥੇ ਕੋਈ ਜਿੱਦਾਂ ਮਰਜ਼ੀ ਅਫਸਰ ਚੱਲ ਜਾਏ, ਉਹ ਹਰੇਕ ਕੋਈ ਡਰਦਾ ਹੀ ਡਰਦਾ, ਕਿਉਂਕਿ ਉੱਥੇ ਕਿਸੇ ਦਾ ਕੁਛ ਨਹੀਂ ਚੱਲਦਾ, ਉੱਥੇ ਸਭ ਕੁਛ ਖਤਮ ਹੋ ਜਾਂਦਾ ਜਾ ਕੇ। ਉੱਥੇ ਹੀ ਮੌਕੇ ਤੇ ਪਹੁੰਚੇ IG ਜੇਲ੍ਹ RK ਅਰੋੜਾ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜੇਲ੍ਹ ਦੇ ਵਿੱਚ ਕੈਦੀਆਂ ਵੱਲੋਂ ਭੁੱਖ ਹੜਤਾਲ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਨਾ ਜੀ ਜ਼ਿਲ੍ਹਾ ਜੇਲ੍ਹ ਰੋਪੜ ਦੇ ਵਿੱਚ ਇੱਕ ਹਵਾਲਾਤੀ ਚਰਨਪ੍ਰੀਤ ਸਿੰਘ ਸਨ ਆਫ ਲਾਭ ਸਿੰਘ NDPS ਦੇ ਕੇਸ ਵਿੱਚ ਬੰਦ ਸੀ। ਤੋ ਉਹਦੀ ਸਵੇਰੇ ਤੜਕੇ ਸਾਰ 4 ਵਜੇ ਦੇ ਕਰੀਬ ਤਬੀਅਤ ਖਰਾਬ ਹੋ ਗਈ
ਤੋਂ ਉਹਨੂੰ ਇਮੀਡੀਏਟਲੀ ਜੇਲ੍ਹ ਦੇ ਮੈਡੀਕਲ ਅਫਸਰ ਵੱਲੋਂ ਜਿਹੜੀ ਆ ਉਹ ਫਸਟ ਏਡ ਦਿੱਤੀ ਗਈ ਅਤੇ ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਮੀਡੀਏਟਲੀ ਉਹਨੂੰ ਸਿਵਲ ਹੋਸਪਿਟਲ ਜਿਹੜਾ ਰੋਪੜ ਰੈਫਰ ਕਰ ਦਿੱਤਾ ਗਿਆ ਅਤੇ ਜਿੱਥੇ ਡਾਕਟਰਾਂ ਨੇ ਚੈੱਕ ਕੀਤਾ ਅਤੇ ਉਹ ਜਿਹੜੇ ਆ ਉੱਥੇ ਉਹਨਾਂ ਨੂੰ ਮ੍ਰਿਤਕ ਡਿਕਲੇਅਰ ਕਰ ਦਿੱਤਾ ਗਿਆ। ਤੋ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਜ਼ਿਲ੍ਹਾ ਜੇਲ੍ਹ ਰੋਪੜ ਵਿਖੇ ਅੱਜ ਹੋਈ ਹੈ। ਦੇਖੋ ਜੀ, ਹਾਲੇ ਤੱਕ ਜੋ ਅਸੀਂ ਸੁਬਾਹ ਦੇ ਪਹੁੰਚੇ ਇੱਥੇ ਤੋ ਜੋ ਦੇਖ ਰਹੇ ਹਾਂ ਇਸ ਤਰ੍ਹਾਂ ਦੀ ਤਾਂ ਗੱਲ ਹਾਲੇ ਤੱਕ ਕੋਈ ਸਾਹਮਣੇ ਆਈ ਨਹੀਂ ਆ। ਤੋ ਕਿਉਂਕਿ ਕੋਈ ਵੀ ਜਦੋਂ ਕਸਟੋਡੀਅਲ ਡੈਥ ਹੁੰਦੀ ਹੈ ਉਹਦੇ 'ਚ ਅਸੀਂ ਮਾਨਯੋਗ ਸੈਸ਼ਨ ਜੱਜ ਨੂੰ ਜਿਹੜੀ ਆ ਰਿਕੁਐਸਟ ਕਰ ਦਿੰਦੇ ਹਾਂ ਕਿ ਉਹਦੇ 'ਚ ਇੱਕ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਆ ਜੁਡੀਸ਼ੀਅਲ ਮੈਜਿਸਟਰੇਟ ਦੁਆਰਾ ਕਰਾਈ ਜਾਵੇ। ਤੋ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਇੱਕ ਜੁਡੀਸ਼ੀਅਲ ਮੈਜਿਸਟਰੇਟ ਨੂੰ ਤਾਇਨਾਤ ਕਰ ਦਿੱਤਾ, ਉਹ ਇਹਦੀ ਇਨਕੁਆਇਰੀ ਕਰ ਰਹੇ ਆ। ਉਹ ਸਾਰੇ ਜਿਹੜੇ ਆ ਬੰਦੀਆਂ ਦੇ ਬਿਆਨ ਲੈ ਰਹੇ ਆ, ਉਹਨਾਂ ਦੇ ਵਾਰਸਾਂ 'ਤੇ ਵੀ ਬਿਆਨ ਲੈ ਰਹੇ ਆ, ਉਹਦੀ ਜਿਹੜੀ ਪ੍ਰੋਪਰ ਜਿਹੜੀ ਆ ਪੋਸਟਮਾਰਟਮ ਹੋਊਗਾ, ਉਹਦੀ ਵੀਡੀਓਗ੍ਰਾਫੀ ਹੋਊਗੀ। ਅਗਰ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਆਉਂਦਾ ਕਿ ਉਹਦੇ ਨਾਲ ਕੋਈ ਮਾਰ ਕਟਾਈ ਹੋਈ ਹੈ ਤਾਂ ਉਹਦੇ ਖਿਲਾਫ਼ ਜਿਹੜੀ ਆ ਉਹ ਇਨਕੁਆਇਰੀ ਦੇ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਨਹੀਂ, ਹਾਲੇ ਤੱਕ ਨਹੀਂ, ਕਿਉਂਕਿ ਇਨਕੁਆਇਰੀ ਹਾਲੇ ਚੱਲਦੀ ਆ, ਮੈਜਿਸਟਰੇਟ ਸਾਹਿਬ ਵੀ ਅੰਦਰ ਹੀ ਬੈਠੇ ਹੋਏ ਆ, ਤੋ ਇਨਕੁਆਇਰੀ ਇਜ਼ ਗੋਇੰਗ ਔਨ। ਕੁਛ ਕੈਦੀਆਂ ਦੇ ਵਿੱਚ ਨਾ ਇਹ ਰੋਸ ਹੈਗਾ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਚਰਨਪ੍ਰੀਤ ਸਿੰਘ, ਇੱਕਦਮ ਹੀ ਇਹ ਨਿਊਜ਼ ਮਿਲੀ ਸਵੇਰੇ ਉਹਨਾਂ ਨੂੰ ਕਿ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਮੌਤ ਹੋ ਗਈ ਆ, ਤੋ ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਸਾਰਿਆਂ ਨੂੰ। ਤੋ ਉਹਨਾਂ 'ਚ ਕੁਛ ਰਿਜੈਂਟਮੈਂਟ ਹੈਗੀ ਆ, ਤੋ ਅਸੀਂ ਉਹਨਾਂ ਨੂੰ ਸੁਣਵਾਈ ਕਰ ਰਹੇ ਹਾਂ ਤੋ ਹੱਲ ਹੋ ਜੂ। ਨਹੀਂ, ਖਾਣਾ ਸਵੇਰੇ ਵੰਡ ਦਿੱਤਾ ਸੀ, ਅਸੀਂ ਖਾਣਾ ਵੰਡਤਾ ਸੀ, ਉਸ ਤੋਂ ਬਾਅਦ ਇਹ ਥੋੜ੍ਹੀ ਜਿਹੀ ਪ੍ਰੋਬਲਮ ਸ਼ੁਰੂ ਹੋਈ ਆ, ਤੋ ਅਸੀਂ ਰਿਜ਼ੋਲਵ ਕਰਨ ਜਾ ਰਹੇ, ਸਾਰੀ ਐਡਮਿਨਿਸਟ੍ਰੇਸ਼ਨ ਪਹੁੰਚੀ ਹੋਈ ਇੱਥੇ, ਤੋ ਅਸੀਂ ਉਹਨੂੰ ਰਿਜ਼ੋਲਵ ਕਰ। ਦੇਖੋ ਜੀ, ਅਤੇ ਉਹ ਐਲੀਗੇਸ਼ਨ ਹੈਗੀ ਆ, ਤੋ ਮੈਨੂੰ ਕੋਈ ਇਹਦੇ 'ਚ ਲੱਗ ਨਹੀਂ ਰਿਹਾ ਪਰ ਮੈਂ ਫਸੀ, ਸਗੋਂ ਜਿਹੜਾ ਅੱਜ ਪ੍ਰੈਜੈਂਟ ਜੇਲ੍ਹ ਪ੍ਰਸ਼ਾਸਨ ਆ ਇਹ ਕਾਫ਼ੀ ਇੱਥੇ ਥਰੋ ਵਗੈਰਾ ਹੁੰਦੀਆਂ ਸੋ ਉਹਨਾਂ ਨੂੰ ਕਾਫ਼ੀ ਇਹਨਾਂ ਨੇ ਰੋਕਿਆ, ਮੋਬਾਈਲ ਰਿਕਵਰੀ ਵੀ ਬਹੁਤ ਪਹਿਲਾਂ ਨਾਲੋਂ ਘੱਟ ਹੋ ਗਈ ਹੈ। ਤੋ ਅਗਰ ਕੋਈ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਅਸੀਂ ਜ਼ਰੂਰ ਉਹ 'ਤੇ ਐਕਸ਼ਨ ਲਵਾਂਗੇ, ਪਰ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ। ਕੋਈ ਇਹ ਸਾਹਮਣੇ ਆਇਆ ਕਿ ਕੱਲ੍ਹ ਸ਼ਾਮੀ ਕੋਈ ਫੈਂਕਾ ਹੋਇਆ ਕਹਿੰਦੇ ਕੋਈ, ਤੋ ਉਹਦੇ ਬਾਰੇ ਅਗਰ ਕੋਈ ਉਹਨਾਂ ਦੇ ਕੁੱਟਮਾਰ ਦੀ ਐਲੀਗੇਸ਼ਨ ਹੈਗੀ ਉਹ ਤਾਂ ਮੈਜਿਸਟਰੇਟ ਸਾਹਿਬ ਇਨਕੁਆਇਰੀ ਕਰ ਰਹੇ ਆ, ਉਹਦੇ ਸਾਹਮਣੇ ਆਜੂਗਾ। ਅਗਰ ਕਿਸੇ ਨੇ ਕੋਈ ਵਧੀਕੀ ਕੀਤੀ ਆ ਤਾਂ ਹੀ ਵਿਲ ਸਫਰ ਦੀ ਕੰਸੀਕੁਐਂਸਿਸ।